ਉਸ ਤੋਂ ਹੁਣੇ ਹੁਣੇ ਇੱਕ ਨਿਆ ਨੋਟੀਫਿਕੇਸ਼ਨ ਜਾਰੀ ਹੋਇਆ ਜੀ, ਜੋ ਨੋਟੀਫਿਕੇਸ਼ਨ ਜਾਰੀ ਹੋਇਆ ਜੀ, SPIC ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ, ਕਿਵੇਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਏਜ ਕੀ ਹੋਵੇਗੀ, ਕੁਆਲੀਫਿਕੇਸ਼ਨ ਕੀ ਹੋਵੇਗੀ, ਪੂਰਾ ਡਿਟੇਲ 'ਚ ਦੱਸਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇਕਰ ਦੋਸਤੋ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ। ਚਲੋ ਦੋਸਤੋ, ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਪੋਸਟਾਂ ਨੇ ਜੀ, ਡਾਟਾ ਐਂਟਰੀ ਓਪਰੇਟਰ ਦੀਆਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ਜੀ। ਦੋਸਤੋ, ਅਪਲਾਈ ਜੋ ਤੁਸੀਂ ਕਰਨਾ ਜੀ, ਔਨਲਾਈਨ ਅਪਲਾਈ ਕਰਨਾ ਜੀ, ਔਰ ਲਾਸਟ ਡੇਟ ਆ ਜੀ 12/3/2020 ਤੱਕ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ 'ਤੇ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ। ਦੋਸਤੋ, ਵੀਡੀਓ 'ਤੇ ਬਣੇ ਰਹੋ, ਮੈਂ ਤੁਹਾਨੂੰ ਕੁਆਲੀਫਿਕੇਸ਼ਨ ਬਾਰੇ ਵੀ ਦੱਸਣ ਲੱਗਾ। ਦੋਸਤੋ, ਪੋਸਟ ਹੈ ਜੀ ਡਾਟਾ ਐਂਟਰੀ ਓਪਰੇਟਰ ਦੀ ਪੋਸਟ ਹੈ ਜੀ। ਟੋਟਲ ਪੋਸਟ ਹੈ ਜੀ ਇੱਕ, ਸੈਲਰੀ ਦਿੱਤੀ ਜਾਵੇਗੀ 20,500 ਰੁਪਇਆ ਪਰ ਮੰਥ। ਸਟਾਰਟਿੰਗ ਡੇਟ ਹੈ ਜੀ 3 ਮਾਰਚ 2020, ਮਤਲਬ ਅੱਜ ਤੋਂ ਸਟਾਰਟ ਹੋ ਚੁੱਕਾ ਜੀ। ਕਲੋਜਿੰਗ ਡੇਟ ਹੈ ਜੀ 12 ਮਾਰਚ 2020 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਸਕਿੱਲ ਐਕਸੀਲੈਂਟ ਇੰਗਲਿਸ਼ ਰਾਈਟਿੰਗ, ਚੰਗੀ ਤੁਹਾਨੂੰ ਇੰਗਲਿਸ਼ ਲਿਖਣੀ ਆਉਂਦੀ ਹੋਣੀ ਚਾਹੀਦੀ ਆ। ਓਰਲ ਕਮਿਊਨੀਕੇਸ਼ਨ ਸਕਿੱਲਸ, ਨੌਲੇਜ ਆਫ ਕੰਪਿਊਟਰ ਓਪਰੇਸ਼ਨਸ, MS Office, ਇੰਟਰਨੈਟ ਯੂਜ ਦੀ ਤੁਹਾਡੇ ਕੋਲ ਜਾਣਕਾਰੀ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਦੋਸਤੋ, ਇਹਨਾਂ ਪੋਸਟਾਂ ਦੀ ਕੁਆਲੀਫਿਕੇਸ਼ਨ ਹੈ ਜੀ ਮੈਕਸੀਮਮ ਗ੍ਰੈਜੂਏਸ਼ਨ ਤੁਸੀਂ ਕੰਪਲੀਟ ਕੀਤੀ ਹੈ, 6 ਮਹੀਨੇ ਦਾ ਤੁਹਾਡੇ ਕੋਲ ਸਰਟੀਫਿਕੇਟ ਆ ਕੰਪਿਊਟਰ ਕੋਰਸ ਦਾ, ਤਾਂ ਤੁਸੀਂ ਇਹਨਾਂ ਪੋਸਟਾਂ ਲਈ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ ਜੀ। ਉਮੀਦ ਕਰਦਾ ਹਾਂ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੀ ਨੋਟੀਫਿਕੇਸ਼ਨ ਦੇ ਨਾਲ।